السلام علیکم ਸਾਡੇ ملک ਦੇ ਅੰਦਰ ਜਿਹੜੇ ਦਿਨ ਬਦ ਦਿਨ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ اشیاء ਖੁਦਰੀ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ اشیاء ਜ਼ਰੂਰੀਅਤ ਜਿਹੜੀਆਂ ਨੇ ਉਹ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਪੈਟਰੋਲੀਅਮ ਮਸਨੂਅਤ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਆਏ ਦਿਨ ਇਜ਼ਾਫਾ ਹੈ ਉਹ ਬੜਾ تشویش ناک ਹੈ ਪੂਰੀ ਦੁਨੀਆ ਦੇ ਵਿੱਚ ਪੈਟਰੋਲੀਅਮ ਮਸਨੂਅਤ ਰੁੱਲ ਗਈਆਂ ਨੇ ਔਰ ਪਾਕਿਸਤਾਨ ਦੇ ਵਿੱਚ عوام ਰੁੱਲ ਗਈ ਹੈ ਮੈਂ ਸਮਝ ਨਾ ਕਿ ਸ حکومت ਨੇ ਆਪਣੀ ਸਾਖ ਪਹਿਲੇ ਦਿਨ ਤੋਂ ਹੀ متاثر ਕਰ ਦਿੱਤੀ ਸੀ ਇਹਨਾਂ ਦੇ ਜਿਹੜੇ ਗਲਤ ਫੈਸਲੇ ਸਨ ਇਹਨਾਂ ਦੇ ਜਿਹੜੇ ਗਲਤ ਅਦਾਦੋ شمار ਸਨ ਜਿਹੜੇ ਲੋਕਾਂ ਨੂੰ ਦੱਸਦੇ ਰਹੇ ਔਰ ਲੋਕਾਂ ਨੂੰ ਡੈਡਲਾਈਨਸ ਦਿੰਦੇ ਰਹੇ ਕਿ ਅਸੀਂ 90 ਦਿਨਾਂ ਵਿੱਚ ਕਰਪਸ਼ਨ ਖਤਮ ਕਰ ਲਾਂਗੇ ਅਸੀਂ ਇਹ ਕਰ ਲਾਂਗੇ ਉਹ ਕਰ ਲਾਂਗੇ ਉਹ ਆ ਹਿਸਤਾ ਹਿਸਤਾ तमाम ਵਾਦੇ ਵਹੀ ਜਿਹੜੇ ਸਨ ਉਹ ਖਤਮ ਹੁੰਦੇ ਗਏ ਔਰ ਇਹਦੇ ਨਾਲ ਨਾਲ ਹੀ ਖਾਨ ਸਾਹਿਬ ਨੇ ਆਪਣੀ ਹਕੂਮਤ ਨੂੰ ਮਜ਼ਬੂਤ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਜਿਹੜੇ ਮਾਵਰਾਏ ਆਇਨਿਕ ਕਦਮਾਂਤ ਨੇ ਉਹ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਉਹਨਾਂ ਨੇ ਵੇਖਿਆ ਕਿ ਮੇਰੀ ਜਮਾਤ ਦੇ ਅੰਦਰ ਇੱਕ بڑا ਮਜ਼ਬੂਤ ਔਰ ਇੱਕ ਮਨਜ਼ਮ ਤਰੀਕੇ ਨਾਲ ਬਗਾਵਤ ਜਿਹੜੀ ਹੈ ਉਹ ਸਰ ਉਠਾ ਰਹੀ ਹੈ ਉਹਨੂੰ ਕੁਚਲਣ ਲਈ ਉਹਨਾਂ ਨੇ ਪਿੱਛੇ ਅਨਾਉਂਸ ਕਰ ਦਿੱਤਾ ਕਿ ਅਸੀਂ ਸ਼ੋਅ ਆਫ ਹੈਂਡ ਦੇ ਜ਼ਰੀਏ ਸੈਨੇਟ ਦਾ ਇਲੈਕਸ਼ਨ ਕਰਾਵਾਂਗੇ ਤਾਂ ਕਿ ਸਾਡੇ ਜਿਹੜੇ ਐਮਪੀਜ਼ ਨੇ ਐਮਐਨਏਜ਼ ਨੇ ਉਹ ਅ ਉਹਨਾਂ ਨੂੰ ਅਸੀਂ ਵਾਚ ਕਰ ਸਕੀਏ ਔਰ ਉਹਦੇ ਉੱਤੇ ਅ ਅਦਾਲੀਆਂ ਨੇ ਵੀ ਔਰ ਉਹਦੇ ਉੱਤੇ ਬੜੀ ਰੈਜ਼ਿਸਟੈਂਸ ਆਈ ਪੋਲਿਟੀਕਲ ਪਾਰਟੀਆਂ ਦੀ ਤਰਫੋਂ ਵੀ ਆਮ ਆਦਮੀ ਦੀ ਤਰਫੋਂ ਵੀ ਕਿ ਇਹ ਨਾਕਾਬਲੇ برداشت ਹੈ ਕੋਈ ਵੀ ਕੰਮ ਆਵਰਾਏ ਆਈ ਨਹੀਂ ਹੋ ਸਕਦਾ ਤੁਸੀਂ ਆਈ ਨਹੀਂ ਤਰਮੀਮ ਕਰ ਲੋ ਅਗਰ ਤੁਹਾਡੇ ਕੋਲ ਦੋ ਤਿਆਈ ਇਕਸਰੀਅਤ ਹੈ ਤੇ ਔਰ ਮੈਂ ਸਮਝਣਾ ਕਿ ਅਗਰ ਇਸੇ ਤਰੀਕੇ ਨਾਲ ਮੁਲਕ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਮੁਲਕ ਲਈ ਬੜਾ ਨੁਕਸਾਨਦੇ ਹੋਏਗਾ ਪੰਜਾਬ ਐਸੈਂਬਲੀ ਦੇ ਅੰਦਰ ਔਰ ਬਾਕੀ ਐਸੈਂਬਲੀਆਂ ਦੇ ਅੰਦਰ ਵੀ ਪੀਟੀਆਈ ਦੇ ਲੋਕ ਜਿਹੜੇ ਨੇ ਉਹ ਮੁxtਲਫ ਸਿਆਸੀ ਜਮਾਤਾਂ ਨਾਲ ਰਾਬਤੇ ਚ ਨੇ ਸਾਡੇ ਨਾਲ ਵੀ ਰਾਬਤੇ ਚ ਨੇ ਔਰ ਉਹ ਇਹ ਚਾਹੁੰਦੇ ਨੇ ਕਿ ਜਿਸ ਤਰੀਕੇ ਨਾਲ ਖਾਨ ਸਾਹਿਬ ਇਹ ਹਕੂਮਤ ਚਲਾ ਰਹੇ ਨੇ ਜਾਂ ਕੋਸ਼ਿਸ਼ ਕਰ ਰਹੇ ਨੇ ਔਰ ਆਪਣੇ ਜਿਹੜੇ ਉਹਨਾਂ ਦੇ ਗੈਰ ਮੁੰਤਖਬ ਸਹੂਲਤਕਾਰ ਸਨ ਜਿਹੜੇ ਉਹਨਾਂ ਨੂੰ ਆਪੋਜੀਸ਼ਨ ਦੇ ਦਿਨਾਂ ਦੇ ਵਿੱਚ ਫਾਈਨਾਂਸ ਕਰਦੇ ਸਨ ਉਹਨਾਂ ਲੋਕਾਂ ਨੂੰ ਇਹਨਾਂ ਨੇ ਸਾਡੇ ਤੇ ਮੁਸੱਲਤ ਕਰ ਦਿੱਤਾ ਹੈ ਅਹਿਮ ਅਹੁਦਿਆਂ ਤੇ ਉਹ ਬਰਾਜਮਾਨ ਨੇ ਔਰ ਉਹ ਹਕੂਮਤ ਜਿਹੜੀ ਹੈ ਉਹ ਚਲਾ ਰਹੇ ਨੇ ਜਦੋਂ ਕਿ منتخب ਜਿਹੜੇ ਐਮ ਐਨ ਐਸ ਐਮ ਪੀ ਐਸ ਨੇ ਉਹਨਾਂ ਨੂੰ ਉਹ ਐਮੀਅਤ ਨਹੀਂ ਦਿੱਤੀ ਜਾਂਦੀ ਉਹਨਾਂ ਦੇ ਜਿਹੜੇ ਫੈਸਲੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਜਿਹੜਾ ਕਿ ਇੰਤਹਾਈ ਤਸ਼ਵੀਸ਼ਨਾਕ ਹੈ ਔਰ ਅਗਰ ਇਹੀ ਸੂਰਤ ਹਾਲ ਰਹੀ ਤੇ ਸੈਨੇਟ ਦੇ ਇਲੈਕਸ਼ਨ ਦੇ ਅੰਦਰ ਖਾਨ ਸਾਹਿਬ ਨੂੰ ਔਰ ਤਰੀਕ ਇਨਸਾਬ ਦੀ ਹਕੂਮਤ ਨੂੰ ਬੜਾ ਬੜੀ ਬੁਰੀ ਸ਼ਿਕਸ ਜਿਹੜੀ ਹੈ ਉਹਦਾ ਸਾਹਮਣਾ ਕਰਨਾ ਪਏਗਾ ਪੰਜਾਬ ਵਿਸ ਐਸੈਂਬਲੀ ਦੇ ਅੰਦਰ ਵੀ ਔਰ ਕੇਪੀਕੇ ਦੇ ਅੰਦਰ ਵੀ ਉਹਨਾਂ ਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ ਔਰ ਇਸ ਦੇ ਨਾਲ ਨਾਲ ਇਸ ਮੁਲਕ ਦੇ ਅੰਦਰ ਜਿਹੜੀ ਲਾਕਾਂ ਨੂੰ ਨੀਅਤ ਹੈ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਵੀ ਬੜੀ ਤਸ਼ਵੀਸ਼ਨਾਕ ਹੈ ਪਰ ਮੈਂ ਸਮਝਿਨਾ ਵਾ ਕਿ ਅਗਰ ਤੁਸੀਂ ਕਿਸੇ ਵੀ ਸੂਬੇ ਦੇ ਅੰਦਰ 6 6 ਆਈਜੀਸ ਬਦਲ ਦਿਓ 2.5 ਸਾਲ ਦੇ ਅੰਦਰ ਸੈਕਟਰੀਜ਼ ਬਦਲ ਦਿਓ ਸੈਕਟਰੀਜ਼ ਬਦਲ ਦਿਓ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤਬਦੀਲ ਕਰ ਦਿਓ ਇਹਦੇ ਨਾਲ ਕੋਈ ਤਬਦੀਲੀ متوقع نہیں ہے ਤੁਹਾਨੂੰ ਅਗਰ ਤਬਦੀਲੀ ਦੀ ਜ਼ਰੂਰਤ ਹੈ ਉਹ ਤੁਹਾਡੇ ਆਪਣੇ ਰਵਈਆ ਵਿੱਚ ਹੈ ਤੁਹਾਨੂੰ ਆਮਰੀਅਤ ਤੋਂ ਨਿਕਲ ਕੇ ਤੁਹਾਨੂੰ ਜਮਹੂਰੀਅਤ ਵਾਲੀ ਸਾਈਡ ਤੇ ਆਣਾ ਪਏਗਾ ਤੁਹਾਨੂੰ ਜਮਹੂਰ ਦੀ ਆਵਾਜ਼ ਦੇ ਨਾਲ ਚੱਲਣਾ ਪਏਗਾ ਤੁਹਾਨੂੰ ਜਮਹੂਰੀ ਇਕਦਾਰ ਦੀਆਂ ਜਿਹੜੀ ਕਦਰਾਂ ਨੇ ਉਹਨਾਂ ਨੂੰ ਬਦਾਣਾ ਪੈਗਾ ਤੁਸੀਂ ਤੁਸੀਂ ਇਸ ਮੁਲਕ ਦੇ ਅੰਦਰ ਇਹ ਮੁਲਕ ਜਿਹੜਾ ਹੈ ਇਹ ਕਿਸੇ ਵੀ ਇੱਕ فرد ਵਾਹਿਦ ਦਾ ਨਹੀਂ ਹੈ ਇਹ ਇੱਕ ਆਇਨੀ ریاست ਹੈ ਔਰ ਇਸ ਆਇਨੀ ریاست ਦੇ ਅੰਦਰ ਮਾਵਰਾਇਂ ਆਇਨ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਖਾਨ ਸਾਹਿਬ ਤੁਸੀਂ ਆਪਣੇ ਜਿਹੜਾ ਤੁਸੀਂ ਰੋਡ ਮੈਪ ਇਸਕਾਮ ਨੂੰ ਦਿੱਤਾ ਇੱਕ ਸੋ ਕਾਲਡ ਰੋਡ ਮੈਪ ਦਿੱਤਾ ਤੁਸੀਂ ਉਹਦੇ ਵਿੱਚ ناکਾਮ ਹੋ ਚੁੱਕੇ ਹੋ ਤੁਸੀਂ ਨਾ ਹੀ 90 ਦਿਨਾਂ ਵਿੱਚ ਕਰਪਸ਼ਨ ਖਤਮ ਕਰ ਸਕਦੇ ਹੋ ਨਾ ਹੀ ਤੁਸੀਂ ਬਾਹਰੋਂ ਕੋਈ ਡਾਲਰ ਲਿਆ ਸਕਦੇ ਹੋ ਨਾ ਹੀ ਤੁਸੀਂ ਕਿਸੇ ਵੀ ਪੋਲੀਟੀਕਲ ਲੀਡਰ ਦੇ ਖਿਲਾਫ ਕੋਈ ਇਨਸਾਫ ਕਰ ਸਕਦੇ ਹੋ انتقਾਮੀ ਕਾਰਵਾਈਆਂ ਤੁਹਾਡੀਆਂ ਅਰੂਝਤੇ ਨੇ ਉਹਨਾਂ ਦੇ ਜ਼ਰੀਏ ਤੁਸੀਂ ਪ੍ਰੋਪਗੈਂਡੇ ਦੇ ਜ਼ਰੀਏ ਤੁਸੀਂ ਨੈੱਬ ਦੇ ਜ਼ਰੀਏ ਇਸ ਮੁਲਕ ਦੇ ਉੱਤੇ ਹੁਕਮਰਾਨੀ ਕਰਨਾ ਚਾਹੁੰਦੇ ਹੋ ਜਿਹੜੀ ਜ਼ਿਆਦਾ ਦੇਰ ਚੱਲਣੇ ਵਾਲੀ ਨਹੀਂ ਹੈ ਇਨਸ਼ਾ ਅੱਲਾਹ ਤਾਲਾ ਕੱਲ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਬਾਇਰ ਆਪੋਜੀਸ਼ਨ ਦਾ ਇਤਜਾਜ ਹੈ ਉਹ ਇਸ ਹਕੂਮਤ ਦੇ ਮੂੰਹ ਤੇ ਬਹੁਤ ਵੱਡਾ ਤਮਾਚਾ ਹੋਏਗਾ ਕਿਉਂਕਿ ਹਕੂਮਤ ਆਖਦੀ ਸੀ ਕਿ ਅਗਰ ਮੇਰੇ ਖਿਲਾਫ 50 ਬੰਦਾ ਵੀ ਨਿਕਲ ਆਵੇ ਤੇ ਅਸੀਂ ਰਿਜ਼ਾਈਨ ਕਰ ਦੇਾਂਗੇ ਔਰ ਤੁਹਾਨੂੰ ਲੱਖੂ ਖਾ ਲੋਕਾਂ ਦੇ ਜਿਹੜੇ ਜਲਸੇ ਨੇ ਉਹ ਵੀ ਨਜ਼ਰ ਨਹੀਂ ਆਏ ਔਰ ਕੱਲ ਤੇ ਤੁਹਾਡਾ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਅਸੀਂ ਇਹ ਮੁਤਾਲਬਾ ਕਰਨ ਜਾ ਰਹੇ ਹਾਂ ਕਿ ਇਹਨਾਂ ਇਹ ਨਾਹਲ ਨੇ ਇਹ ਨਾ ਲਾਇਕ ਨੇ ਇਹਨਾਂ ਦੇ ਫੈਸਲਿਆਂ ਇਹਨਾਂ ਦੇ ਕੇਸਿਸ ਦੇ ਫੈਸਲੇ ਕਿਉਂ ਨਹੀਂ ਹੁੰਦੇ ਇਹ ਫਿਲ ਫੋਰ ਕੀਤੇ ਜਾਵਣ ਫੋਰਨ ਫੰਡਿੰਗ ਕੇਸ ਬੜਾ ਅਹਿਮ ਕੇਸ ਹੈ ਔਰ ਇਹਨਾਂ ਦਾ ਆਪਣਾ ਬਣਾਇਆ ਹੋਇਆ ਹੈ ਤਹਿਰੀਕੇ ਇਨਸਾਫ ਦੇ ਲੋਕਾਂ ਨੇ ਉਹ ਕੇਸ ਕੀਤਾ ਹੈ ਆਪੋਜੀਸ਼ਨ ਨੇ ਨਹੀਂ ਕੀਤਾ अगर उनका फैसला भी नहीं आता तो इंतहाई शर्मनाक है और जिना केसिज़ के अंदर आ, तहरीक इंसाफ और इमरान खान साहब ने स्टे लटे जड़े ने वो, स्टे वो वापस लेने चाहिए नेसिज के उत्ते फैसले आने चाहिए ने तो एक बहुत वीडी जिमेदारी आयद होंगी है कि ती इंसाफर एक पाकिस्तान का नारा लाया और अज ਉਹ तमाम ਨਾਰੇ ਜਿਹੜੇ ਨੇ ਉਹ ਖਾਕਿਚ ਮਿਲ ਗਏ ਨੇ ਲੋਕ ਤੁਹਾਡੇ ALU ਵੇਖ ਰਹੇ ਨੇ ਮੁਲਕ ਤੁਹਾਡੇ ALU ਵੇਖ ਰਿਹਾ ਹੈ اپੋਜੀਸ਼ਨ ਤੁਹਾਡੇ ALU ਵੇਖ ਰਹੀ ਹੈ ਤੁਹਾਨੂੰ ਚਾਹੀਦਾ ਹੈ ਕਿ ਤਾਰੀਖ ਰقم ਕਰੋ ਨਿਆਜ਼ੀਆਂ علی ਤਾਰੀਖ ਰقم ਨਾ ਕਰੋ ਤੁਸੀਂ ਇਮਰਾਨ ਖਾਨ ਸਾਹਿਬ ਬਹੁਤ ਇਮਾਨਦਾਰ ਬਹੁਤ ਨੇਕ ਔਰ ਬੜੇ ਤੁਸੀਂ ਵਾਸੂਲ ਆਦਮੀ ਸੋ ਅੱਜ ਕੌਮ ਤੁਹਾਡੇ ਉਸੂਲਾਂ ਨੂੰ ਵੇਖ ਰਹੀ ਹੈ ਬਹੁਤ ਸ਼ੁਕਰੀਆ ਅੱਲਾ ਹਾਫਿਜ਼